ਕੁਛ ਨਹੀਂ ਯਾਰ, ਬੁਰਾ ਹਾਲ ਹੀ ਆਪਣਾ। ਕਿਵੇਂ ਅਕਲੇ ਦਾਸ ਜੇ ਬੈਠਾ, ਕੀ ਗੱਲ ਹੋ ਗਈ? ਉਹ ਯਾਰ ਗੱਲ ਕੁਛ ਨਹੀਂ ਹੋਈ ਯਾਰ, ਨਾ ਤਾਂ ਨੌਕਰੀ ਮਿਲਦੀ ਹੈ, ਨਾ ਕੋਈ ਹੋਰ ਕੋਈ ਕੰਮ ਕਾਰ ਹੈ, ਕੁਛ ਨਹੀਂ ਯਾਰ, ਕੋਈ ਹੱਲ ਹੀ ਨਹੀਂ ਯਾਰ। ਚੱਕਰ ਕੀ ਹੱਲ ਫਿਰ? ਚੋ ਹੱਲ ਕਰਨੇ ਬੋ ਕੋਈ ਯਾਰ, ਆਪਣੇ ਬਾਬਾ ਆ ਲੈ ਕੇ ਚੱਲਾਂ ਤੈਨੂੰ ਦੇ ਕੋਲ, ਚੱਲ ਮੇਰੇ ਨਾਲ। ਚੱਲ ਕਿੱਥੇ ਆਇਆ ਬਾਬਾ, ਕਰੂ ਹੱਲ ਆਪਣਾ? ਹਾਂ ਪੱਕਾ, ਚੱਲ ਫਿਰ ਚੱਲ ਬਾਬਾ ਹੱਲ ਕਰ ਦੂ ਮੇਰਾ ਯਾਰ। ਪੱਕਾ ਯਾਰ, ਬਾਬੇ ਕੋਲੇ ਤਾਂ ਇੰਨਾ ਇਕੱਠ ਹੁੰਦਾ ਨਾ ਹੱਦੋਂ ਪਰੇ। ਅੱਛਾ, ਕਿਸੇ ਦਾ ਬੀਜਾ ਆੜਿਆ, ਅੱਛਾ ਠੀਕ ਹੈ, ਕਿਸੇ ਦਾ ਨੌਕਰੀ ਦਾ ਕੰਮ ਹੈ, ਅੱਛਾ ਕਿਸੇ ਦਾ ਕੋਈ ਖੇਤੀ ਦਾ ਕੰਮ ਹੈ, ਅੱਛਾ ਕਿਸੇ ਤੇ ਬਾਬੇ ਕੋਲ ਤਾਂ ਇੰਨਾ ਜ਼ਿਆਦਾ ਕੱਢਦਾ। ਹੋਰ ਦੱਸ ਯਾਰ, ਬਾਬੇ ਕੋਲ ਤਾਂ ਵਿਆਹ ਵਾਲੇ ਆਉਂਦੇ ਆ ਤੇ ਮੇਰਾ ਕੰਮ ਅੜਿਆ ਬਈ, ਬਾਬੇ ਨੇ ਕੱਢਿਆ ਮੇਰਾ ਕੰਮ। ਅੱਛਾ ਯਾਰ, ਹਾਂ ਫੇਰ ਤਾਂ ਮੈਨੂੰ, ਤੇਰਾ ਕੰਮ ਤਾਂ ਪੱਕਾ ਕੱਢ ਦੂਗਾ। ਫੇਰ ਤਾਂ ਮੈਨੂੰ ਲੈ ਕੇ ਚੱਲ। ਚੱਲ ਆਪਾਂ ਹੁਣੀ ਚੱਲਦੇ ਹਾਂ। ਚੱਲ ਚੱਲ ਰਾਮ ਰਾਮ ਬਾਈ। ਰਾਮ ਰਾਮ ਜੀ। ਰਾਮ ਰਾਮ ਬਾਈ। ਰਾਮ ਬੋਲੋ ਬੱਚਾ, ਕੀ ਤਕਲੀਫ? ਬਾਬਾ ਜੀ ਨਾ ਤਾਂ ਆ ਬੱਚੇ ਦਾ ਪੜ੍ਹਾਈ ਚ ਜੀਕ ਲੱਗਦਾ ਜਮਾ ਵੀ, ਨਾ ਕੋਈ ਕੰਮ ਕਾਰ ਕਰਦਾ। ਠੀਕ ਹੈ, ਵਿਹਲਾ ਇਹਦਾ, ਕੋਈ ਹੱਲ ਕਰੋ ਜੀ, ਉਪਾਅ ਦੱਸੋ ਕੋਈ। ਉਪਾਅ ਬੱਚਾ, ਅਫਸਰ ਬਣਾ ਦਈਏ ਜਾਂ ਫਿਰ ਚੜ੍ਹਾ ਦਈਏ ਜਹਾਜ਼। ਬਾਬਾ ਜੀ ਅਫਸਰ ਨਹੀਂ ਬਣਨਾ, ਅਫਸਰ ਬਣਨ ਵਾਸਤੇ ਪੜ੍ਹਾਈ ਕਰਨੀ ਪਊ, ਅੱਧੀ ਉਮਰ ਲੰਘ ਜੂ ਪੜ੍ਹਾਈਆਂ 'ਚ। ਠੀਕ ਹੈ ਬੱਚਾ, ਫਿਰ ਜਦੋਂ ਨੌਕਰੀਆਂ ਲੈਣੀਆਂ ਉਦੋਂ ਰਾਖਵਾਂ ਕੋਟਾ ਮਾਰ ਜਾਂਦਾ। ਠੀਕ ਹੈ, ਅਤੇ ਨਾ ਹੀ ਖੇਤੀ ਕਰ ਸਕਦੇ ਹਾਂ। ਖੇਤੀ ਦੇ ਵਿੱਚ ਪਹਿਲਾਂ ਮੇਰਾ ਬਾਪੂ ਨੇ ਸਾਰੀ ਉਮਰ ਰੋਲਤੀ, ਪਹਿਲਾਂ ਖੇਤਾਂ 'ਚ ਰੁਲਦਾ, ਫਿਰ ਮੰਡੀਆਂ 'ਚ ਰੁਲਦਾ, ਕਦੇ ਬੀਜ ਮਾੜੇ ਆ ਗਏ, ਸਪਰੇਹਾਂ ਨਕਲੀ ਆ ਗਈਆਂ, ਕੁਛ ਨਹੀਂ ਬਚਦਾ ਬਾਬਾ ਜੀ ਖੇਤੀ 'ਚ। ਫਿਰ ਦੱਸੋ ਬਾਬਾ ਬੱਚਾ, ਤੁਸੀਂ ਬਣਨਾ ਕੀ? ਆਪਾਂ ਉੱਧਰ ਹੀ ਕਿਰਪਾ ਕਰ ਦਿਆਂਗੇ ਬਾਬਾ ਜੀ, ਬਸ ਇਹੋ ਜਿਹਾ ਕੰਮ ਕਰਨਾ ਜਿਹ 'ਚ ਖਰਚਾ ਕੋਈ ਨਾ ਹੋਵੇ, ਆਮਦਨੀ ਆਮਦਨ ਹੋਵੇ, ਅਤੇ ਵੱਡੇ ਵੱਡੇ ਲੀਡਰ ਵੀ ਪੈਰੀਂ ਡਿੱਗਣਾ ਗੇ। ਇਹੋ ਜਿਹਾ ਕਿਹੜਾ ਕੰਮ ਆ ਬੱਚਾ? ਬਸ ਬਾਬਾ ਜੀ ਤੁਹਾਡੇ ਵਾਲਾ ਕੰਮ ਹੀ। ਹੈਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਦੇ ਆਈਕਨ 'ਤੇ ਕਲਿੱਕ ਕਰੋ। ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਜੀ, ਬਹੁਤ ਬਹੁਤ।